ਕੈਦੀ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਸੇ ਤਰ੍ਹਾਂ ਦਾ ਭਾਣਾ ਮਲੋਟ ਦੇ ਏਕਤਾ ਨਗਰ ਵਿੱਚ ਵੀ ਵਾਪਰਿਆ, ਜਿੱਥੇ ਨਸ਼ੇ ਦੀ ਓਵਰਡੋਜ਼ ਕਰਕੇ ਦਰਜੀ ਦਾ ਕੰਮ ਕਰਨ ਵਾਲੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਮ੍ਰਿਤਕ ਦੀ ਸੰਗਤ ਵਿੱਚ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਲੜਕਾ ਆਇਆ ਜੋ ਕਿ ਨਸ਼ੇ ਦਾ ਆਦੀ ਸੀ, ਜਿਸ ਤੋਂ ਮ੍ਰਿਤਕ ਨੂੰ ਨਸ਼ੇ ਦੀ ਲੱਤ ਪੈ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਜੀ ਆਕਾਸ਼ ਕੁਮਾਰ ਹੈ। ਆਕਾਸ਼ ਜੀ, ਵਿੱਚ ਕੀ ਕਰਨਾ ਵਾਪਰੀ, ਕੌਣ ਸੀਗਾ ਇਹ, ਤੁਹਾਡਾ ਕੀ ਲੱਗਦਾ? ਮੇਰਾ ਵੱਡਾ ਬ੍ਰਦਰ ਸੀਗਾ ਜੀ। ਕੀ ਕਾਰੋਬਾਰ ਕਰਦਾ ਸੀਗਾ? ਇਹ ਦਰਜੀ ਦਾ ਕੰਮ ਕਰਦਾ ਜੀ, ਟੇਲਰ ਮਾਸਟਰ ਕਰਦਾ ਜੀ। ਇਹ ਘਟਨਾ ਕਿਵੇਂ ਵਾਪਰੀ? ਇਹ ਘਟਨਾ ਬਸ ਸਾਡੀ ਗਲੀ ਦਾ ਹੈਗਾ ਮੁੰਡਾ ਜੀ, ਸ਼ਿਫਾ ਜੀ, ਠੀਕ ਹੈ ਜੀ। ਉਹਦੇ ਨਾਲ ਇੱਕ ਦੋ ਵਾਰਾਂ ਗਿਆ ਹੈ, ਉਹ ਘਰੋਂ ਆਵਾਜ਼ ਮਾਰ ਕੇ ਲੈ ਜਾਂਦਾ ਸੀ ਇਹਨੂੰ ਵੀ ਆ ਜੇ ਆਪਾਂ ਚੱਲੀਏ, ਠੀਕ ਹੈ ਜੀ। ਘਰੋਂ ਲੈ ਜਾਂਦਾ ਸੀ ਆਵਾਜ਼ ਮਾਰ ਕੇ ਉਹਨੂੰ, ਅਤੇ ਨਸ਼ਾ ਕਰਕੇ ਇਹਨੂੰ ਛੱਡ ਜਾਂਦਾ ਸੀ, ਠੀਕ ਹੈ ਜੀ। ਬ੍ਰਦਰ ਵੀ ਤੁਹਾਡੇ ਕੋਲ ਨਸ਼ਾ ਕਰਦਾ ਸੀ? ਨਾ ਨਾ, ਉਹ ਕੋਈ ਨਸ਼ਾ ਨਹੀਂ ਕਰਦਾ ਸੀ, ਉਹ ਡਰਿੰਕ ਵਗੈਰਾ ਕਰਦਾ ਸੀ ਇਕੱਲੇ ਹੀ ਬਸ। ਅੱਜ ਕੀ ਹਾਲਾਤ ਸੀ ਜੋ ਤੁਹਾਨੂੰ ਮਿਲਿਆ ਹੈਗਾ, ਕਿਸ ਹਾਲਾਤ 'ਚ ਮਿਲਿਆ? ਬਸ ਅੱਜ ਹਾਲਾਤ ਇੰਨੇ ਕੁ ਬੁਰੇ ਸੀਗੇ ਜੀ ਕਿ ਇਹਨੂੰ ਡੋਜ ਦਿੱਤੀ ਗਈ ਹੈ, ਠੀਕ ਹੈ ਜੀ। ਪੂਰੀ ਚੰਗੀ ਤਰ੍ਹਾਂ ਡੋਜ ਦਿੱਤੀ ਗਈ ਹੈ ਇਹਨੂੰ, ਕੋਈ ਹੋਸ਼ ਨਹੀਂ ਸੀ ਬ੍ਰਦਰ ਨੂੰ। ਕਿੱਥੋਂ ਮਿਲਿਆ ਸੀ ਤੁਹਾਨੂੰ ਇਹ, ਕਿੱਥੋਂ ਤੁਹਾਨੂੰ ਪਤਾ ਲੱਗਿਆ? ਇਹ ਸਾਨੂੰ ਲੱਗਿਆ ਜੀ, ਮੇਰੇ ਤਾਏ ਦਾ ਹੋਟਲ ਆ ਜੀ ਇੱਥੋਂ, ਉਹਨਾਂ ਕੋਲੋਂ ਪਤਾ ਲੱਗਿਆ। ਕਿਹੜੀ ਜਗ੍ਹਾ 'ਤੇ ਮਿਲੇ ਤੁਹਾਨੂੰ ਬ੍ਰਦਰ ਜੀ? ਇੱਧਰ ਆਪਣੇ ਮੀਟ ਵਾਲੇ ਖੋਖੇ ਜਿੱਥੇ ਜੀ, ਇੱਥੋਂ ਮਿਲਿਆ ਜੀ, ਕਾਕੇ ਦੇ ਹੋਟਲ ਤੋਂ। ਕੋਈ ਸਟ੍ਰੇਂਜ ਵਗੈਰਾ ਕੋਈ ਲੱਗਦਾ ਤੁਹਾਨੂੰ, ਵੀ ਨਸ਼ਾ ਕੀਤਾ ਸੀ ਉਹਨਾਂ? ਹਾਂਜੀ ਹਾਂਜੀ, ਨਸ਼ਾ ਕੀਤਾ ਹੋਇਆ। ਪੰਜਤ ਸਿੰਘ ਜੀ, ਕਿਸ ਤਰ੍ਹਾਂ ਕਰਨਾ ਵਾਪਰੀ ਬੱਚੀ? ਕੱਲ੍ਹ ਮੇਰੀ ਚੰਗੀ ਭਾਈ ਰੋਟੀ ਦੇ ਕੇ ਆਏ, ਉਸ ਤੋਂ ਬਾਅਦ ਕੋਈ ਯਾਰ ਦੋਸਤ ਟੱਕਰ ਗਏ, ਪਤਾ ਨਹੀਂ ਹੁਣ ਉਹਨਾਂ ਤੋਂ ਮੈਂ ਜਾਣਦਾ ਨਹੀਂ। ਅਤੇ ਉਸ ਤੋਂ ਬਾਅਦ 'ਚ ਮਤਲਬ ਸਾਨੂੰ ਸ਼ਾਮ ਨੂੰ 8 ਵਜੇ ਪਤਾ ਲੱਗਿਆ, ਫਿਰ ਅਸੀਂ ਇੱਥੇ ਹਸਪਤਾਲ 'ਚ ਲਿਆਂਦਾ ਸੀ। ਇੱਥੋਂ ਮਤਲਬ ਸਾਨੂੰ ਜਵਾਬ ਦੇਣ ਗਿਆ ਜਿਹੜਾ ਅਸੀਂ ਦਰੀਜੇ ਬੋਲਿਆ ਕਿ ਮੌਤ ਦਾ ਕੀ ਕਾਰਨ ਹੋਇਆ? ਇਹ ਡੋਜ ਦਾ ਇਹ ਵੱਧ ਦੇ ਦਿੱਤੀ, ਕਹਿੰਦਾ ਗਿਆ ਜਿਵੇਂ ਕੀ ਬਣਿਆ ਕੀ ਹਿਸਾਬ ਕਿਤਾਬ, ਉਹਨਾਂ ਇਸ ਚੀਜ਼ ਦਾ ਮੈਨੂੰ। ਕੀ ਨਸ਼ੇ ਕਰਦਾ ਸੀ? ਨਸ਼ੇ ਤਾਂ ਕੋਈ ਨਹੀਂ ਕਰਦਾ ਸੀ। ਕਿਸ ਤਰ੍ਹਾਂ ਦੀ ਡੋਜ? ਚਿੱਟਾ ਹੀ ਦਾ ਜੀ, ਚਿੱਟਾ ਚਿੱਟਾ ਹੀ। ਨਹੀਂ ਤੁਹਾਨੂੰ ਪਤਾ ਨਹੀਂ, ਪਹਿਲਾਂ ਤੁਹਾਨੂੰ ਕਰਦਾ ਹੋਵੇ? ਪਹਿਲਾਂ ਕਰਦਾ ਨਹੀਂ ਹੈ ਜੀ, ਸਾਨੂੰ ਪਤਾ ਹੀ ਮਜ਼ਦੂਰੀ ਕਰਦੇ, ਤੁਹਾਨੂੰ ਡੋਜ ਕਿੱਥੋਂ ਪੂਰੀ ਕਰਦਾ ਜੀ ਲੀਡਰਾਂ ਦੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਡੋਜ ਨਾਲ ਹੋਏ? ਡਾਕਟਰ ਨੇ ਦੱਸਿਆ ਜੀ ਸਾਨੂੰ, ਉਹਨੂੰ ਡਾਕਟਰ ਨੂੰ ਮਤਲਬ ਦੱਸਿਆ ਸੀਗਾ ਸੁਬਾਹ, ਪੁੱਛ ਕੇ ਪੁੱਛਿਆ ਹੁਣ ਮਤਲਬ ਜੀ, ਕਹਿੰਦਾ ਵੀ ਡਬਲ ਦਿੱਤੀ ਹੈ ਇਹਨੇ ਕਿਸੇ ਨੇ ਧੱਕੇ ਖਾਈ ਨਾ। ਕਿਹੜੇ ਹਸਪਤਾਲ 'ਚ ਦਾਖਲ ਸੀ ਪਹਿਲਾਂ? ਇਹ ਦਰੀਜੇ ਪਹਿਲਾਂ ਇੱਥੇ ਸਿਵਲ 'ਚ ਲੈ ਗਏ ਸੀ, ਫਿਰ ਅਸੀਂ ਦਰੀਜੇ 'ਤੇ ਲੈ ਗਏ ਸੀ। ਅੱਛਾ, ਦਰੀਜੇ ਨੇ ਡਾਕਟਰ ਨੇ ਦੱਸਿਆ ਵੀ ਡੋਜ਼? ਹਾਂਜੀ। ਪਤਾ ਬੰਦਿਆਂ ਦਾ ਜਿਹੜਾ ਕਿ ਨਾਲ ਕੋਈ ਰਹਿਣ ਵਾਲਾ ਦੇ ਵਿੱਚ ਸ਼ੱਕ? ਪਤਾ ਤਾਂ ਹੈਗਾ ਜੀ, ਆਪਣੇ ਮੁੰਡੇ ਨੂੰ ਪਤਾ ਹੀ ਆ, ਨਾਲ ਹੀ ਹੈਗਾ ਛੋਟਾ ਮੁੰਡਾ ਜਿਹੜਾ ਇਹਦਾ ਭਰਾ। ਕਿੰਨੀ ਉਮਰ ਦਾ ਸੀ? 24-25 ਸਾਲਾਂ ਦਾ ਹੈ। ਉਹ ਅਮਲੋੜ ਦੇ ਵਿੱਚ ਇੱਕ ਹੈਗਾ ਓਵਰਡੋਜ਼ ਦੇ ਕਾਰਨ ਮੌਤ ਹੋਈ ਹੈ, ਕੀ ਮਾਮਲਾ ਕੀ ਹੈ, ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਇਹ ਅੱਜ 10:30 ਸਾਨੂੰ ਹੋਸਪਿਟਲ ਤੋਂ ਇਨਫੋਰਮੇਸ਼ਨ ਮਿਲੀ ਸੀ ਅਤੇ ਅਜੇ ਕੁਮਾਰ ਸਾਨੂੰ ਫਰ ਭਜਨ ਲਾਲ ਵਾਸੀ ਏਕਤਾ ਨਗਰ ਮਲੋਟ, ਜੋ ਕਿ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਦਾਖਲ, ਜਿੱਥੇ ਸਾਡੇ ਤਫਤੀਸ਼ੀ ਅਫਸਰ ਉੱਥੇ ਪਹੁੰਚਿਆ, ਜਦੋਂ ਡਾਕਟਰ ਸਾਹਿਬ ਨੇ ਉਹਨੂੰ ਬਿਆਨ ਦੇਣ ਤੋਂ ਨਾਕਾਬਲ ਦੱਸਿਆ, ਜੋ 12:30 ਵਜੇ ਇਨਫੋਰਮੇਸ਼ਨ ਆਈ ਕਿ ਉਸਦੀ ਮੌਤ ਹੋ ਚੁੱਕੀ ਹੈ। ਬਾਕੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਪੋਸਟਮਾਰਟਮ ਤੋਂ ਬਾਅਦ, ਉਹਦੀ ਕਾਰਵਾਈ ਕਰਕੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ। ਪੋਸਟਮਾਰਟਮ ਰਿਪੋਰਟ ਤੋਂ ਜੋ ਵੀ ਰਿਜ਼ਲਟ ਆਇਆ ਉਹਦੇ ਮੁਤਾਬਕ।